कोरोना संकट ਨੇ ਬਹੁਤੇ ਦੇਸ਼ਾਂ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ। ਇਸ ਵਿਚਕਾਰ ਸਿੱਖ ਭਾਈਚਾਰਾ ਭਾਵੇਂ ਉਹ ਭਾਰਤ ਦੇ ਵਿੱਚ ਹੋਵੇ ਜਾਂ ਵਿਦੇਸ਼ਾਂ ਦੇ ਵਿੱਚ ਹਮੇਸ਼ਾ ਹੀ ਉਸਨੇ ਅੱਗੇ ਆ ਕੇ ਲੋਕਾਂ ਦੀ ਅਤੇ ਸਰਕਾਰ ਦੀ ਮਦਦ ਕੀਤੀ ਹੈ। ਬਰਮਿੰਗਮ ਦੇ ਵਿੱਚ ਵੀ ਇੱਕ ਸਿੱਖ ਪਰਿਵਾਰ ਵੱਲੋਂ ਜ਼ਰੂਰੀ ਪੀਪੀ ਕਿੱਟਾਂ, ਮਾਸਕ, ਸਕਰਬ ਅਤੇ ਮੈਡੀਕਲ ਲਿਬਾਸ ਦੀ ਸਲਾਈ ਕਰਨ ਲਈ ਸਮਾਂ ਕੱਢਿਆ ਗਿਆ ਅਤੇ ਆਪਣੇ ਹੁਨਰ ਦਾ ਦਾਨ ਕੀਤਾ। ਚੀਨ ਦੱਖਣੀ ਕੋਰੀਆ ਤੇ ਤੁਰਕੀ ਤੋਂ ਆਯਾਤ ਹੋਣ ਵਾਲੀਆਂ ਇਹਨਾਂ ਮੈਡੀਕਲ ਵਸਤਾਂ ਤੇ ਰੋਕ ਲਗਾਉਣ ਪਿੱਛੋਂ ਦੇਸ਼ ਦੇ ਵਿੱਚ ਵੱਡੀ ਕਮੀ ਪਾਈ ਜਾ ਰਹੀ ਸੀ ਪਰ ਹੁਣ ਸਿੱਖ ਪਾਈਚਾਰ ਦੀ ਉਸਾਰੂ ਸੋਚ ਸੱਚ ਦਾ ਇਥੋਂ ਦੇ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਨੂੰ ਕੁਝ ਰਾਹਤ ਮਿਲੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਾਰੇ ਸੰਸਾਰ ਵਿੱਚ ਕੋਵਿਡ-19 ਮਹਾਮਾਰੀ ਦੀ ਜੰਗ ਜਾਰੀ ਹੈ ਜਿਸ ਦੇ ਕਾਰਨ ਪੂਰਾ ਯੂਨਾਈਟਿਡ ਕਿੰਗਡਮ ਰਾਸ਼ਟਰੀ ਪੱਧਰ ਤੇ ਇਕਜੁੱਟ ਹੋ ਕੇ ਸੰਘਰਸ਼ਰਤ ਹੈ ਇੰਗਲੈਂਡ ਵਿੱਚ ਸਾਰੇ ਇਕੱਠੇ ਹੋ ਕੇ ਇਸ ਭਿਆਨਕ ਬਿਮਾਰੀ ਤਰਾਸਦੀ ਦਾ ਮੁਕਾਬਲਾ ਕਰ ਰਹੇ ਹਨ ਉੱਥੇ ਗੁਰੂ ਕੇ ਸਿੱਖ ਇਨ੍ਹਾਂ ਸੇਵਾਵਾਂ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਹਨ ਅਤੇ ਬਿਨਾਂ ਕਿਸੇ ਪੇਤ ਪਾਉ ਦੇ ਮਨੁੱਖਤ ਦੀ ਸੇਵਾ ਮਾਨਸ ਕੀ ਜਾਤ ਸਬੇ ਏਕੇ ਪਹਿਚਾਨਬੋ ਦੇ ਮਹਾਵਾਕ ਦੇ ਅਨੁਸਾਰ ਕਰ ਰਹੇ ਹਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗਰਦੀਪ ਸਿੰਘ ਧਾਰਨੀਆ ਅਸੀਂ ਐਨ ਐਚ ਐਸ 72 ਸਰਬ ਸੇ ਮਾਸਕ ਪੀ ਪੀ ای ਗਾਰਮੈਂਟਸ ਬੀਹਰ ਦੀ ਸੇਵਾ ਪਿਸਾਂ ਦੀ ਕਰ ਚੁੱਕੇ ਹਾਂ ਸੋਇੰਗ ਮਸ਼ੀਨਿਸਟ ਸਾਰੀ ਕਮਿਊਨਿਟੀ ਨੇ ਰਲ ਕੇ ਇਹ ਸੇਵਾ ਕੀਤੀ ਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਾਡਾ ਕਮਿਊਨਿਟੀ ਦੇ ਨਾਲ um ਮੁਸਲਮਾਨਸ, ਕ੍ਰਿਸਚੀਅਨਸ, ਜੂਜ਼, ਐਵਰੀਬਾਡੀ, ਵੀ ਆਲ ਕੇਮ ਟੂਗੇਦਰ ਸਿੱਕੀ ਦੇ ਨਾਲ, ਅਸੀਂ ਸਾਰੇ ਗੁਰੂ ਜੀ ਦੇ ਟੀਚਿੰਗਸ, ਸੇਵਾ ਕੀਤਾ, ਬਹੁਤ ਮਜ਼ਾ ਆਇਆ ਤੇ ਬਹੁਤ ਸੈਟੀਸਫੈਕਸ਼ਨ ਆਇਆ ਇਸ ਕੰਮ ਦੇ ਨਾਲ। ਫਾਰ ਦ ਲਵ ਆਫ ਸਕਰਬ ਦੇ ਨਾਲ ਸ਼ਾਮਲ ਹੁੰਦੇ ਹੋਏ ਰੇਨਬੋ ਸਕਰਬ ਅਤੇ ਪੀਪੀ ਤਿਆਰ ਕਰਕੇ ਐਨਐਚਐਸ ਅਤੇ ਹਸਪਤਾਲਾਂ ਨੂੰ ਸਪਲਾਈ ਕਰ ਰਹੇ ਹਨ ਤਾਂਕਿ ਇਸ ਮਹਾਮਾਰੀ ਤੇ ਫਤਿਹ ਪਾਈ ਜਾ ਸਕੇ। ਸਾ ਗੁਰਦੀਪ ਸਿੰਘ ਧਾਰਨੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਜੋ ਇਹ ਉਹ ਸੇਵਾਵਾਂ ਕਰ ਰਹੇ ਹਨ ਐਨ ਐਚ ਐਸ ਹਸਤੇ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਥੈਂਕਸ ਟੂ ਪੀਟੀਸੀ ਨਿਊਜ਼